26 ਜੂਨ ਨੂੰ ਥਾਣਾ ਸਿਵਲ ਲਾਈਨਸ ਦੇ ਏਰੀਏ ਕਮਿਸ਼ਨਰੇਟ ਅੰਮ੍ਰਿਤਸਰ ਦੇ ਵਿੱਚ ਜੀਆ ਲਾਲ ਬਹਿਲ ਜੀ ਦੇ ਘਰ ਇੱਕ ਡਕੈਤੀ ਹੋਈ ਸੀ। ਉਸ ਡਕੈਤੀ ਦੇ ਵਿੱਚ ਕਾਫੀ ਨਗਦੀ ਅਤੇ ਜਿਹੜੇ ਗਹਿਣੇ ਆ ਚੋਰੀ ਹੋਏ ਸੀ। ਅਰਲੀ ਮਾਰਨਿੰਗ ਹੋਈ ਸੀ, ਬੜੀ ਸੈਂਸੇਸ਼ਨਲ ਬਣੀ ਸੀ। ਕਮਿਸ਼ਨਰੇਟ ਅੰਮ੍ਰਿਤਸਰ ਪੁਲਿਸ ਨੇ ਸ਼੍ਰੀ ਅਭਿਮਨਿਊ ਰਾਣਾ ਜੀ ਦੀ ਅਗਵਾਈ ਹੇਠ SHO ਅਮੋਲਕ, ਅਮਨਦੀਪ ਅਤੇ ਬਿੰਦਰਜੀਤ ਇੰਸਪੈਕਟਰ ਸਾਹਿਬਾਨ, ਇਹਨਾਂ ਨੇ ਰਲ ਕੇ ਉਸ ਰੋਬਰੀ ਨੂੰ ਜਿਹੜਾ ਟਰੇਸ ਕੀਤਾ ਅਤੇ ਜਿਹੜੇ ਉਹਦੇ ਲਗਭਗ 2 ਮੁਲਜ਼ਮਾਂ ਤੋਂ ਬਿਨਾਂ ਬਾਕੀ ਸਾਰੇ ਮੁਲਜ਼ਮ ਜਿਹੜੇ ਉਹ ਅਰੈਸਟ ਕਰ ਲਏ ਨੇ ਅਤੇ ਉਹਨਾਂ ਤੋਂ ਕਰੀਬ 41 ਲੱਖ ਰੁਪਇਆ, 800 ਗ੍ਰਾਮ ਸੋਨਾ, ਇੱਕ ਕਾਰ ਜਿਹੜੀ ਕਿ ਇਸ ਡਕੈਤੀ ਦੇ ਵਿੱਚ ਵਰਤੀ ਗਈ ਸੀ ਹਾਂਡਾ ਏਮਸ, ਅਤੇ ਇੱਕ ਮੋਟਰਸਾਈਕਲ ਇਹ ਰਿਕਵਰ ਕਰ ਲਿਆ। ਇਹਨਾਂ 'ਚੋਂ ਕੁਛ ਦੋਸ਼ੀ ਆ ਜਿਹੜੇ ਕ੍ਰਾਈਮ ਕਰਨ ਤੋਂ ਬਾਅਦ ਮਹਾਰਾਸ਼ਟਰ ਭੱਜ ਗਏ ਸੀ, ਕੁਛ ਮਹਾਰਾਸ਼ਟਰ ਤੋਂ ਕਾਬੂ ਕੀਤੇ ਨੇ, ਕੁਛ ਬੰਦੇ ਜਿਹੜੇ ਇੱਥੇ ਲੋਕਲ ਹੈਗੇ ਆ ਇਹਨਾਂ ਨੂੰ ਮਦਦ ਕਰਨ 'ਚ ਲੋਜਿਸਟਿਕਸ ਕਰਨ ਦੇ ਸੀਗੇ, ਉਹ ਕੁਛ ਇੱਥੋਂ ਗ੍ਰਿਫਤਾਰ ਕੀਤੇ ਨੇ। ਕੁੱਲ 7 ਬੰਦੇ ਗ੍ਰਿਫਤਾਰ ਕਰਕੇ 41,40,000 ਰੁਪਇਆ ਰਿਕਵਰ ਕਰਕੇ 936 ਗ੍ਰਾਮ ਜਿਊਲਰੀ ਜਿਹਦੇ 'ਚੋਂ 800 ਗ੍ਰਾਮ ਗੋਲਡ ਆ, ਕਾਰ ਅਤੇ ਮੋਟਰਸਾਈਕਲ ਕਰਕੇ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਬਹੁਤ ਵਧੀਆ ਪ੍ਰੋਫੈਸ਼ਨਲ ਤਰੀਕੇ ਨਾਲ ਅਤੇ ਸਾਇੰਟੀਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਕੇ ਇਸ ਕੇਸ ਨੂੰ ਵਿਦ ਇਨ 3 ਡੇਜ਼ ਆ ਜਿਹੜਾ ਇਸ ਕੇਸ ਨੂੰ ਟਰੇਸ ਕਰਨ ਕਾਮਯਾਬੀ। ਮਾਸਟਰ ਮਾਇੰਡ ਜੀਆ ਲਾਲ ਬਹਿਲ ਜੀ ਦਾ ਇੱਕ ਡਰਾਈਵਰ ਸੀ, ਉਸ ਡਰਾਈਵਰ ਦੀ ਇੱਕ ਲੜਕੀ ਸੀ ਸ਼ਿਵਾਨੀ, ਉਸ ਸ਼ਿਵਾਨੀ ਲਤਾ ਦਾ ਇੱਕ ਮੰਗੇਤਰ ਸੀ, ਉਹ ਆਲਰੇਡੀ ਡਾਈਵੋਰਸੀ ਸੀ, ਉਹਦਾ ਇੱਕ ਮੰਗੇਤਰ ਸੀ ਗੁਰਟੇਕ ਸਿੰਘ। ਉਸ ਲੜਕੀ ਨੇ ਗੁਰਟੇਕ ਨੂੰ ਇਹ ਸੂਚਨਾ ਦਿੱਤੀ ਵੀ ਇਹਨਾਂ ਦੇ ਘਰ ਆ ਜਿਹੜਾ ਕਾਫੀ ਜਿਹੜਾ ਧਨ ਦੌਲਤ ਇੱਦਾਂ ਦਾ ਹੈਗਾ। ਉਹਨੇ ਫਿਰ ਗੁਰਟੇਕ ਨੇ ਗਾਂ ਆਪਦੇ ਸਾਥੀ ਗੁਰਪ੍ਰੀਤ, ਸੰਦੀਪ, ਦੀਪਕ, ਹਰਦੇਵ ਇਹਨਾਂ ਨੂੰ ਨਾਲ ਅੰਗੇਜ ਕਰਕੇ ਇਹ ਅਰਲੀ ਮਾਰਨਿੰਗ ਉਹਨਾਂ ਨੂੰ ਵੇਟ ਕਰਕੇ ਜਦੋਂ ਬਾਹਰ ਆਉਣਗੇ ਦਰਵਾਜ਼ੇ ਦੇ ਬਾਹਰ ਖੜ੍ਹ ਕੇ, ਅਤੇ ਇਸੇ ਲੜਕੀ ਨੇ ਇਹਨਾਂ ਨੂੰ ਸੂਚਨਾ ਪ੍ਰਾਪਤ ਸੀ ਵੀ ਉਹਨਾਂ ਦਾ ਲੜਕਾ ਜਾਂ ਹੋਰ ਕੋਈ ਫੈਮਿਲੀ ਮੈਂਬਰ ਉਸ ਦਿਨ ਘਰ ਵਿੱਚ ਨਹੀਂ ਹਨ, ਵੀ ਉਹ ਬਾਹਰ ਗਏ ਨੇ ਅਤੇ ਉਹਨਾਂ ਦੇ ਘਰ ਪੈਸੇ ਨੇ। ਉਹਦੀ ਸੂਚਨਾ 'ਤੇ ਹੀ ਇਹਨਾਂ ਨੇ ਸਾਰੀ ਇਹ ਪਲੈਨਿੰਗ ਕਰਕੇ ਇਹ ਡਕੈਤੀ ਨੂੰ ਅੰਜਾਮ ਦਿੱਤਾ। ਇਹਨਾਂ ਕੋਲ ਇੱਕ ਰਿਵੋਲਵਰ ਸੀ, ਉਹ ਸਟਿਲ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ। ਇਹ ਰਾਤੀ ਹੀ ਲੈ ਕੇ ਆਇਆ ਸੀ ਮਹਾਰਾਸ਼ਟਰ ਤੋਂ, ਉੱਥੇ ਭੱਜੇ ਹੋਏ ਸੀਗੇ। ਪੁਲਿਸ ਨੇ ਬੜੀ ਸਾਇੰਟੀਫਿਕਲੀ ਟੈਕਨੀਕਲੀ ਇਹਨਾਂ ਦਾ ਫੋਲੋ ਅਪ ਕਰਕੇ ਉਹਨਾਂ ਨੂੰ ਅਰੈਸਟ ਕਰਨ 'ਚ ਕਾਮਯਾਬ ਹੋਈ ਆ। ਡਿਊਰਿੰਗ ਰਿਮਾਂਡ ਐਂਡ ਇੰਟੈਰੋਗੇਸ਼ਨ ਜਿਹੜੀਆਂ ਬਾਕੀ ਗੱਲਾਂ ਨੇ ਵੀ ਐਗਜੈਕਟਲੀ ਕਿੰਨੀ ਥੈਫਟ ਹੋਈ ਸੀ, ਕਿੰਨਾ ਸੋਨਾ ਸੀ, ਕਿੰਨੇ ਗਹਿਣੇ ਸੀ, ਉਸ ਹਿਸਾਬ ਦੇ ਨਾਲ ਉਹ ਪਤਾ ਲਾ ਕੇ ਬਾਕੀ ਜਿਹੜੀ ਸਾਰੀ ਰਿਕਵਰੀ ਪੈਂਡਿੰਗ ਆ ਉਸੇ ਕਰ ਲਵਾਂਗੇ। ਉਹਨਾਂ ਦਾ ਬਿਲਕੁਲ ਠੀਕ ਆ, ਉਹ 95 ਲੱਖ ਹੀ ਦੱਸ ਰਹੇ ਨੇ, ਇਹ 'ਚੋਂ 41 ਲੱਖ ਹੋ ਗਿਆ। ਜਿਹੜੇ ਬਾਕੀ 2 ਦੋਸ਼ੀ ਨੇ ਜਾਂ ਇਹਨਾਂ ਦੀ ਵੀ ਹਲੇ ਫਰਦਰ ਜਿਹੜੀ ਪੁੱਛਗਿੱਛ ਆ ਉਹ ਤੋਂ ਅਸੀਂ ਜਿਹੜਾ ਵੀ ਪੈਸਾ ਹੋਊਗਾ, ਜਿਹੜੀ ਵੀ ਰਿਕਵਰੀ ਕਰਨ ਵਾਲੀ ਬਾਕੀ ਹੋਊਗੀ ਅਸੀਂ ਰਿਕਵਰ ਕਰਾਂਗੇ। ਵੈਪਨ ਵੀ ਲੈ ਗਏ ਸੀ, ਉਹ ਜਿਹੜਾ ਇੱਕ ਹੋਰ ਬੰਦਾ ਹੈਗਾ ਗਾ ਜਿਹੜਾ ਸਟਿਲ ਅਸੀਂ ਉਹਦਾ ਨਾਂ ਨਹੀਂ ਡਿਸਕਲੋਜ਼ ਕਰਨਾ, ਉਸ ਬੰਦੇ ਦੇ ਕੋਲੋਂ ਸੰਭਾਵਨਾ ਹੈਗੀ ਆ ਜਾਂ ਹੋ ਸਕਦਾ ਇਹਨਾਂ ਦੀ ਜਿਹੜੀ ਫਰਦਰ ਇੰਟੈਰੋਗੇਸ਼ਨ 'ਚ ਰਿਮਾਂਡ ਦੌਰਾਨ ਆ ਜਿਹੜਾ ਇਹਨਾਂ ਤੋਂ ਪੁੱਛਗਿੱਛ ਕਰਕੇ ਜਿੱਥੋਂ ਵੀ ਅਸੀਂ ਉਹਨੂੰ ਰਿਕਵਰ ਕਰ ਲਾਂਗੇ, ਕੋਈ ਇਸ਼ੂ ਨਹੀਂ। ਡਰਾਈਵਰ ਦੀ ਕੋਈ ਇਨਵੋਲਵਮੈਂਟ ਨਹੀਂ, ਡਰਾਈਵਰ ਦੀ ਲੜਕੀ ਨੂੰ ਹੀ ਇਸ ਗੱਲ ਦਾ ਪਤਾ ਸੀ, ਐਜ਼ ਆਫ ਨਾਓ ਡਰਾਈਵਰ ਦੇ ਬਾਰੇ ਕੋਈ ਇੱਦਾਂ ਦੀ ਸੂਚਨਾ ਨਹੀਂ ਮਿਲੀ ਉਹਦੀ ਇਨਵੋਲਵਮੈਂਟ ਆ। ਹੈਂਜੀ, ਲੜਕੀ ਦਾ ਆਉਣ ਜਾਣ ਸੀ ਆਪਣੇ ਪਿਤਾ ਦਾ ਡਰਾਈਵਰ ਹੋਣ ਦੇ ਨਾਂ 'ਤੇ, ਉਹਨਾਂ ਦੇ ਘਰੇ ਕੰਮ ਕਰਨ ਦੀ ਨਹੀਂ ਹੈਗੀ। 9 ਬੰਦੇ ਟੋਟਲ ਨੋਮੀਨੇਟ ਹੋਏ ਨੇ। ਓਰੀਜਨਲੀ ਸਾਨੂੰ ਜਿਹੜਾ ਇਹਨਾਂ ਦੀ ਓਰੀਜਨਲ ਇਨਫੋਰਮੇਸ਼ਨ ਦਾ 4 ਬੰਦੇ ਆਏ ਸੀ,
ਪਰ ਚਾਰ ਤੋਂ ਅਸੀਂ ਜਿਹੜੇ ਟੋਟਲ 9 ਬੰਦੇ ਨੋਮੀਨੇਟ ਕਰ ਲਏ ਨੇ, ਜਿਨ੍ਹਾਂ 'ਚੋਂ 7 ਬੰਦੇ ਅਰੈਸਟ ਕਰ ਲਏ ਨੇ, 2 ਬਾਕੀ ਨੇ, ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਾਂਗੇ। ਕਿਹੜੇ ਲੜਕੀ ਦਾ ਬੋਏਫ੍ਰੈਂਡ ਹੀ ਗੁਰਟੇਕ ਸੀ, ਉਹਦਾ ਮੰਗੇਤਰ ਸੀ, ਉਹਦੇ ਨਾਲ ਮੰਗਣੀ ਪੱਕੀ ਹੋਈ ਸੀ, ਔਨ ਰਿਕਾਰਡ ਨਹੀਂ ਸੀ। ਹਾਂਜੀ, ਇਹਨਾਂ 'ਚੋਂ ਜਿਹੜਾ ਮੇਨ ਇਹਨਾਂ ਦਾ ਮਾਸਟਰ ਮਾਈਂਡ ਆ ਗੁਰਪ੍ਰੀਤ ਸਿੰਘ, ਉਹਦੇ ਇੱਕ ਕਤਲ ਦਾ ਪਰਚਾ ਦਰਜ ਸੀ, ਉਹਦੇ ਇੱਕ ਨਸ਼ਿਆਂ ਦਾ NDPS ਦਾ ਪਰਚਾ ਦਰਜ ਆ, ਜਿਹੜਾ ਸੰਦੀਪ ਆ ਉਹ 'ਤੇ ਵੀ ਇੱਕ ਆਰਮਜ਼ ਐਕਟ ਦਾ ਪਰਚਾ ਦਰਜ ਆ, ਇੱਕ ਹੋਰ ਬੰਦਾ ਹੈਗਾ ਉਹ 'ਤੇ ਐਕਸਾਈਜ਼ ਦਾ ਪਰਚਾ ਦਰਜ ਆ। ਇੱਥੋਂ ਅਲੱਗ ਅਲੱਗ ਬੰਦਿਆਂ ਤੋਂ ਹੀ ਰਿਕਵਰ ਹੋਏ ਨੇ, ਲੋਕਲ ਨੇ, ਕਿਸੇ ਨੇ ਕਿਸੇ ਨੂੰ ਦਿੱਤੇ ਸੀ, ਕਿਸੇ ਨੇ ਕਿਸੇ ਨੂੰ ਦਿੱਤੇ ਸੀ, ਉਸ ਦੀ ਸਾਰੀ ਰਿਕਵਰੀ ਪਾ ਲਈ ਆ। ਉਹ ਵੀ ਅਸੀਂ 2 ਬੰਦੇ ਜਿਹੜੇ ਵਿੱਚ ਇਨਵੋਲਵ ਆ, ਇੱਕ ਜਿਹੜਾ ਮੇਨ ਦੋਸ਼ੀ ਹੈਗਾ ਉਹਦਾ ਮਾਮਾ ਸੀ, ਉਹ ਆਪਦੇ ਮਾਮੇ ਨੂੰ ਕੁਛ ਜਿਹੜਾ ਸਮਾਨ ਦੇ ਗਿਆ ਸੀ, ਕੁਛ ਉਹਦੋਂ ਰਿਕਵਰੀ ਹੋਈ ਆ। ਸੇਮ ਇੱਕ ਹੋਰ ਹੈਗਾ ਬੰਦਾ, ਇਹਦਾ ਜਿਹੜਾ ਗੁਰਟੇਕ ਆ, ਇਹਦਾ ਫਾਦਰ ਆ ਹਰਦੇਵ ਸਿੰਘ, ਉਹ ਤੋਂ ਵੀ ਅਸੀਂ ਰਿਕਵਰੀ ਕੀਤੀ ਆ, ਕੁਛ ਉਹ ਤੋਂ ਪੈਸੇ ਮਿਲੇ ਸੀ, ਉਹਨੂੰ ਵੀ ਅਸੀਂ ਅਰੈਸਟ ਪਾ ਲਿਆ। ਇਹ 800 ਗ੍ਰਾਮ ਆ ਜੀ, ਉਹਨਾਂ ਨੂੰ ਵੀ ਅਸੀਂ ਘਰ ਵਾਲਿਆਂ ਨੂੰ ਦੱਸਿਆ, ਉਹ ਕਹਿੰਦੇ ਅਸੀਂ ਲੇਡੀਜ਼ ਨਾਲ ਕੰਸਲਟ ਕਰਕੇ ਅਸੀਂ ਵੀ ਫਾਈਨਲੀ ਚੈੱਕ ਕਰਦੇ ਹਾਂ ਵੀ ਕਿੰਨਾ ਹੈ, ਅਤੇ ਅਸੀਂ ਦੋਸ਼ੀਆਂ ਦੀ ਪੁੱਛਗਿੱਛ ਤੋਂ ਅਸੀਂ ਵੀ ਸਟੈਬਲਿਸ਼ ਕਰ ਲਾਂਗੇ ਵੀ ਐਗਜੈਕਟਲੀ ਜਿਹੜਾ ਕਿੰਨਾ ਜਿਹੜਾ ਉਹਨਾਂ ਦਾ ਗਹਿਣਾ ਸੀ, ਕਿੰਨੇ ਸੋਨੇ ਸੀ। ਉੱਥੋਂ ਬੰਦੇ ਹੀ ਮਿਲੇ ਨੇ, ਇਹ ਇੱਥੋਂ ਜਦੋਂ ਇਹਨਾਂ ਨੇ ਇਹ ਰੋਬਰੀ ਕਰਕੇ ਆ, ਉੱਥੋਂ ਲੁਕਣ ਦੇ ਨਜ਼ਰੀਏ ਇਹਨਾਂ 'ਚੋਂ ਇੱਕ ਬੰਦਾ ਪਹਿਲਾਂ ਉੱਥੇ ਕੰਮ ਕਰਦਾ ਸੀ, ਉਸ ਜ਼ਰੀਏ ਉੱਥੇ ਜਾ ਕੇ ਲੁਕਣ ਦੇ ਲਈ ਉੱਥੇ ਗਏ ਸੀ। ਇਹਨਾਂ ਨੇ ਆਪਣਾ ਇੱਥੋਂ ਰੋਬਰੀ ਕਰਕੇ ਜਾ ਕੇ ਸੈਟਲ ਹੋਣ ਦਾ ਸੀ ਵੀ ਇੱਥੇ ਨੇੜੇ ਆ, ਫੜੇ ਜਾਵਾਂਗੇ, ਪਛਾਣ ਹੋ ਜੂਗਾ, ਇੱਥੋਂ ਜਾ ਕੇ ਲੁਕਣਗਾ ਸੀ ਇਹਨਾਂ ਦੀ, ਉੱਥੇ ਜਾ ਕੇ ਉੱਥੇ ਲੁਕ ਕੇ ਕੁਛ ਟਾਈਮ ਕੱਢਾਂਗੇ, ਜੋ ਟਾਈਮ ਪਾਸ ਹੋ ਗਿਆ ਦੁਬਾਰਾ ਵਾਪਸ ਆ ਜਾਣਗੇ। ਹਾਂਜੀ ਹਾਂਜੀ, ਉਹਨਾਂ ਦੇ 9 ਅਸੀਂ ਇਨਵੈਸਟੀਗੇਸ਼ਨ ਜਿਨ੍ਹਾਂ ਕਰਕੇ ਡਿਕਲੇਅਰ ਨਹੀਂ ਕਰ ਸਕਦੇ, ਉਹ ਫੜਨ ਤੋਂ ਬਾਅਦ ਦੱਸ ਦਾਂਗੇ। ਮਾਸਟਰ ਮਾਈਂਡ ਇਹਨਾਂ ਦਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਹੀ ਹੈ। ਯੈਸ, ਸਾਡੀ ਪੁਲਿਸ ਨੇ ਪ੍ਰੋਫੈਸ਼ਨਲੀ ਐਂਡ ਸਾਇੰਟੀਫਿਕਲੀ ਹਰ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਹੈਗੇ ਨੇ ਸਕਿੱਲਸ ਹੈਗੇ ਆ, ਉਹ ਯੂਜ਼ ਕੀਤੇ ਆ, ਉਹ ਯੂਜ਼ ਕਰਕੇ ਹੀ ਟਰੇਸ ਕੀਤੀ ਆ। ਸਰ, ਇਹ ਗੈਂਗ ਸੀ ਪ੍ਰੋਪਰ ਕਿ ਇਹਨਾਂ ਨੇ ਦੋਸਤੀ ਬਣਾਈ ਲੁੱਟ ਵਾਸਤੇ? ਇਹ ਜਿਹੜਾ ਇੱਦਾਂ ਦਾ ਇੰਜਾਮ ਆ, ਐਜ਼ ਆਫ ਨਾਓ ਦੀ ਹੁਣ ਤੱਕ ਦੀ ਪੁੱਛਗਿੱਛ ਤੋਂ ਇਹ ਪਹਿਲੀ ਵਾਰੀ ਹੋਇਆ, ਉਸ ਲੜਕੀ ਦੀ ਸੂਚਨਾ ਦੇ ਆਧਾਰ 'ਤੇ ਇਹਨਾਂ ਨੇ ਲਾਲਚ ਵਾਸ ਆ ਕੇ, ਕੁਛ ਕ੍ਰਿਮੀਨਲ ਬੰਦੇ ਸੀ, ਕੁਛ ਹੋਰ ਨਾਲ ਰਲਾ ਲਏ, ਕਿਸੇ ਨੇ ਕੋਈ ਰਹਿਣ ਦਾ ਇੰਤਜ਼ਾਮ ਕਰਤਾ, ਕਿਸੇ ਨੂੰ ਭਜਾਉਣ ਦਾ ਇੰਤਜ਼ਾਮ ਕਰਤਾ। ਇਹ ਫਸਟ ਟਾਈਮ ਇੱਦਾਂ ਦੇ ਨੋਟਿਸ ਆਇਆ, ਬਾਕੀ ਇੰਟੈਰੋਗੇਸ਼ਨ ਦੌਰਾਨ ਜੋ ਵੀ ਗੱਲ ਸਾਹਮਣੇ ਆਵੇਗੀ, ਕੋਈ ਇਹਨਾਂ ਦਾ ਹੋਰ ਪ੍ਰੀਵੀਅਸ ਇੱਦਾਂ ਦਾ ਕ੍ਰਾਈਮ ਆ ਜਿਹੜਾ ਨਾ ਰਿਕਾਰਡਡ ਹੋਵੇ, ਨਾ ਰਜਿਸਟਰਡ ਹੋਵੇ, ਉਹ ਅਸੀਂ ਪਤਾ ਲਵਾਂਗੇ। ਗੁਰਪ੍ਰੀਤ ਸਬਜ਼ੀ ਵੇਚਣ ਦਾ ਕੰਮ ਕਰਦਾ ਜੀ, ਇੱਥੇ ਹੀ ਇੰਦਰਾ ਕਲੋਨੀ ਮਜੀਠਾ ਰੋਡ ਅੰਮ੍ਰਿਤਸਰ 'ਚ ਰਹਿੰਦਾ। ਲੁਟੇਰਿਆਂ ਦਾ ਮੋਟਿਵ ਕੀ ਹੁੰਦਾ ਗਾ? ਲੁਟੇਰਿਆਂ ਦਾ ਮੋਟਿਵ ਤਾਂ ਲੁੱਟ ਦਾ ਮਾਲ ਇਕੱਠਾ ਕਰਨਾ, ਆਪਦਾ ਟਾਈਮ ਪਾਸ ਕਰਨਾ, ਇਹੀ ਹੁੰਦਾ ਗਾ। ਇਹਨਾਂ ਦੀ ਇਨਵੈਸਟਮੈਂਟ ਟਾਈਪ ਜਾਂ ਉੱਦਾਂ ਦੀ ਕੋਈ ਵਿਜ਼ਨ ਨਹੀਂ ਹੈਗੀ, ਇਹ ਸਾਰੇ ਨੋਰਮਲੀ ਕੋਈ ਸ਼ੈਫ ਦਾ ਕੰਮ ਕਰਦਾ, ਕੋਈ ਟੈਕਸੀ ਦਾ ਕੰਮ ਕਰਦਾ, ਇੱਕ ਲਾਲਚ ਵੱਸ ਹੋ ਕੇ ਇਹਨਾਂ ਨੇ ਇਹ ਲੁੱਟ ਜਿਹੜੀ ਕੀਤੀ ਆ। ਠੀਕ ਹੈ ਸਰ, ਠੀਕ ਹੈ। ਤੇ ਪਰਚਾ ਦਰਜ ਹੋਇਆ ਸਿਵਲ ਲਾਈਨ 'ਚ, ਕੀ ਇਹ ਮਸਲਾ ਸਾਰਾ? ਉਹ ਇੱਕ ਵਿਅਕਤੀ ਨੂੰ ਉਹਨਾਂ ਨੇ ਧਮਕੀ ਦਿੱਤੀ ਸੀ, ਗੋਲਡੀ ਬਰਾੜ ਦਾ ਨਾਮ ਲੈ ਕੇ ਐਕਸਟੋਰਸ਼ਨ ਦੀ ਧਮਕੀ ਦਿੱਤੀ ਸੀ। ਉਹ ਇਮੀਡੀਏਟਲੀ ਪੁਲਿਸ ਨੇ ਉਹਨਾਂ ਦੇ ਲਿੰਕਸ ਤੋਂ ਸਟੈਬਲਿਸ਼ ਕਰਕੇ ਉਹ ਦੋਨੇ ਬੰਦੇ ਜਿਹੜੇ ਫਰਜ਼ੀ ਗੋਲਡੀ ਬਰਾੜ ਦਾ ਨਾਮ ਲੈ ਕੇ
ਉਹਨੇ ਇੱਕ ਕਾਲ ਕੀਤੀ ਸੀ, ਉਦੋਂ ਐਕਸਟੋਰਸ਼ਨ ਕਰਨ ਦੀ ਕਾਲ ਪਾਈ ਸੀ, ਉਹਨਾਂ ਨੂੰ ਅਸੀਂ ਅਰੈਸਟ ਕਰਕੇ ਉਹਨੂੰ ਟਰੇਸ ਕੀਤਾ। ਸਰ ਕਿਹਨੂੰ ਆਪਣਾ ਟਰੇਸ ਕੀਤਾ, ਆਪਣਾ ਕਿਹੜੇ ਬੰਦੇ ਨੂੰ ਧਮਕੀ ਲਗਾਈ ਸੀ ਇਹਨੇ? ਉਹ ਸਾਡਾ ਇੱਕ ਰਿਟਾਇਰਡ ਜਿਹੜਾ ਪੁਲਿਸ ਕਰਮਚਾਰੀ ਸੀ, ਉਹਨੂੰ ਡਾਕਟਰ ਹੈ, ਡਾਕਟਰ ਕਾਲੜਾ ਸੀ, ਡਾਕਟਰ ਕਾਲੜਾ ਨੂੰ ਜਿਹੜੀ ਹੈ ਧਮਕੀ ਦਿੱਤੀ ਸੀ ਉਹਨਾਂ ਨੇ। ਲੋਕਲ ਪ੍ਰਤਾਪ ਨਗਰ ਡੀ ਡਿਵੀਜ਼ਨ ਦੇ ਬੰਦੇ ਸੀ ਜਿਹੜੇ ਇਹਦੇ 'ਚ ਇਨਵੋਲਵ ਹੈਗੇ ਸੀ, ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਨਹੀਂ, ਐਜ਼ ਆਫ ਨਾਓ ਉਹਨਾਂ ਦੇ ਕੋਈ ਪਹਿਲਾਂ ਪਰਚਾ ਨਹੀਂ ਹੈਗਾ। ਨਹੀਂ, ਉਹਨਾਂ ਤੋਂ ਮੋਬਾਈਲ ਫੋਨ ਵਗੈਰਾ ਜਿਹੜੇ ਉਹਨਾਂ ਨੇ ਜਿਹਦੇ ਨਾਲ ਕਾਲ ਕਰਕੇ ਉਹ ਅਸੀਂ ਰਿਕਵਰ ਕਰ ਲਿਆ, ਉਹਦੇ ਲਿੰਕੇਜ ਦੇਖ ਕੇ ਅਸੀਂ ਫਰਦਰ ਐਸਟੈਬਲਿਸ਼ ਕਰਾਂਗੇ। ਅਜਿਹਾ ਕੋਈ ਗੱਲ ਨਹੀਂ, ਜਿਹੜੇ ਇਸ ਪਰਿਵਾਰ ਦੇ ਵਿੱਚ ਜਿਹੜੀ ਰੋਬਰੀ ਹੋਈ ਆ, ਉਹਨਾਂ ਦੇ ਤਾਂ ਬੱਚੇ ਦੇ ਬਾਲ ਉਹ ਨਾਲ ਹੀ ਰਹਿੰਦੇ ਸੀ, ਉਹਨਾਂ ਦਾ ਪਰਿਵਾਰ ਦੇ ਨਾਲ ਰਹਿੰਦੇ ਸੀ, ਉਹ ਸਿਰਫ ਇੱਕ ਉਹਨਾਂ ਦਾ ਜਿਹੜਾ ਆਪਦਾ ਧਨ ਦੌਲਤ ਆ ਉਹਨਾਂ ਨੂੰ ਸੰਭਾਲ ਕੇ, ਅਸੀਂ ਚਾਹਾਂਗੇ ਵੀ ਹੁਣ ਇੰਨਾ ਸੋਨਾ ਇੰਨਾ ਪੈਸਾ ਇਹ ਆਪਣੇ ਘਰਾਂ 'ਚ ਰੱਖਣਾ ਉਹ ਵਾਜਬ ਨਹੀਂ ਹੈਗਾ। ਜਦੋਂ ਬੈਂਕਿੰਗ ਸਹੂਲਤਾਂ ਹੈਗੀਆਂ ਨੇ, ਜੇ ਇੰਨਾ ਕੈਸ਼ ਆ ਜਾਂ ਹੋਰ ਆ ਉਹ ਬੈਂਕਾਂ 'ਚ ਰੱਖਣਾ ਚਾਹੀਦਾ, ਨੰਬਰ ਇੱਕ। ਨੰਬਰ ਦੋ, ਕਿਸੇ ਵੀ ਆਪਣੇ ਡੋਮੈਸਟਿਕ ਭਾਵੇਂ ਸਰਵੈਂਟ ਆ ਭਾਵੇਂ ਡਰਾਈਵਰ ਆ ਕੋਈ ਤੁਹਾਡਾ ਸਹਾਇਤਾਕਾਰ ਹੈਗਾ, ਉਹਨਾਂ ਨੂੰ ਜਿਹੜਾ ਉਹਨਾਂ ਤੋਂ ਇਹ ਚੀਜ਼ ਆ ਜਿਹੜਾ ਗਰੇਜ ਕਰਕੇ ਲੁਕੋ ਕੇ ਰੱਖਣਾ ਚਾਹੀਦਾ, ਉਹਨਾਂ ਨੂੰ ਨਾ ਪਤਾ ਲੱਗੇ।